हेलो, ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਤੁਹਾਨੂੰ ਟਾਈਟਲ ਤੋਂ ਹੀ ਪਤਾ ਲੱਗੀ ਹੋਵੇਗੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ 12 ਕਲਰਾਂ ਦੇ ਗਲਿਟਰ ਆਈਸ਼ੈਡੋ ਪੈਲਟ ਦਾ ਰਿਵਿਊ। ਹਾਂਜੀ, ਇੱਕ ਓਨੈਸਟ ਰਿਵਿਊ ਹੋਵੇਗਾ ਅਤੇ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜੋ ਵੀ ਇਹ ਡਿਲੀਵਰੀ ਹੁੰਦੀ ਹੈ ਇਸ ਗਲਿਟਰ ਆਈਸ਼ੈਡੋ ਪੈਲਟ ਦੀ, ਇਹ ਕਿਸ ਤਰ੍ਹਾਂ ਰਿਸੀਵ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਕੇਜਿੰਗ ਕਿਸ ਤਰ੍ਹਾਂ ਹੁੰਦੀ ਹੈ ਅਤੇ ਇਸ ਦੇ ਅੰਦਰ ਕਿਸ ਤਰ੍ਹਾਂ ਦੀ ਗਲਿਟਰ ਆਈਸ਼ੈਡੋ ਪੈਲਟ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਜੋ ਵੀ ਆਨਲਾਈਨ ਚੀਜ਼ ਪਰਚੇਜ ਕਰਨੀ ਚਾਹੁੰਦੇ ਹਾਂ, ਨਾ ਹੀ ਆਪਾਂ ਨੂੰ ਉਸਦੀ ਕੁਆਲਿਟੀ ਦੀ ਕੋਈ ਨੌਲੇਜ ਹੁੰਦੀ ਹੈ ਅਤੇ ਨਾ ਹੀ ਆਪਾਂ ਨੂੰ ਉਸਦੀ ਕੁਆਂਟਿਟੀ ਦੀ ਕੋਈ ਨੌਲੇਜ ਹੁੰਦੀ ਹੈ ਕਿ ਉਹ ਕਿੰਨੀ ਕੁਆਂਟਿਟੀ ਵਿੱਚ ਆਪਾਂ ਨੂੰ ਰਿਸੀਵ ਹੋਵੇਗਾ। ਹਾਂਜੀ, ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਕਿ ਜੋ ਇਹ 12 ਕਲਰਾਂ ਦਾ ਗਲਿਟਰ ਆਈਸ਼ੈਡੋ ਪੈਲਟ ਆਪਾਂ ਰਿਸੀਵ ਕਰਦੇ ਹਾਂ ਆਨਲਾਈਨ, ਇਹ ਆਪਾਂ ਨੂੰ ਕਿਸ ਤਰ੍ਹਾਂ ਰਿਸੀਵ ਹੁੰਦਾ ਹੈ ਅਤੇ ਇਸ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਅਤੇ ਇਸ ਦੀ ਕੁਆਂਟਿਟੀ ਕਿੰਨੀ ਕੁਆਂਟਿਟੀ ਵਿੱਚ ਇਹ ਆਪਾਂ ਨੂੰ ਰਿਸੀਵ ਹੁੰਦਾ ਹੈ, ਇਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਅੱਜ। ਐਂਡ ਮੈਂ ਹੋਪ ਕਰਦੀ ਹਾਂ ਕਿ ਮੇਰੀ ਇਹ ਵੀਡੀਓ ਤੁਹਾਨੂੰ ਇਹ ਗਲਿਟਰ ਆਈਸ਼ੈਡੋ ਪੈਲਟ ਲੈਣ ਜਾਂ ਨਾ ਲੈਣ ਦੇ ਡਿਸੀਜਨ ਵਿੱਚ ਹੈਲਪਫੁਲ ਹੋਵੇਗੀ। ਪਰ ਜੇ ਤੁਸੀਂ ਮੇਰੇ ਚੈਨਲ ਤੇ ਨਏ ਹੋ ਅਤੇ ਮੇਰੇ ਹੋਰ ਵੀ ਵੀਡੀਓ ਦੇਖਣੇ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨਾਲ ਜੋ ਬੈਲ ਆਈਕਨ ਦਾ ਬਟਨ ਹੈ ਉਸ ਨੂੰ ਵੀ ਪ੍ਰੈਸ ਕਰ ਦਿਓ, ਕਿਉਂਕਿ ਇਸ ਦੇ ਨਾਲ ਮੇਰੇ ਆਉਣ ਵਾਲੀਆਂ ਹੋਰ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗੀ। ਚਲੋ ਸਟਾਰਟ ਕਰਦੇ ਹਾਂ ਇਸ ਆਈਸ਼ੈਡੋ ਗਲਿਟਰ ਆਈਸ਼ੈਡੋ ਪੈਲਟ ਦਾ ਰਿਵਿਊ। ਜੇ ਤੁਸੀਂ ਦੇਖ ਸਕਦੇ ਹੋ ਕਿ ਇਸ ਗਲਿਟਰ ਆਈਸ਼ੈਡੋ ਪੈਲਟ ਨੂੰ ਮੈਂ flipkart.com ਤੋਂ ਮੰਗਵਾਇਆ ਹੈ ਅਤੇ ਇਸ ਦੀ ਡਿਲੀਵਰੀ ਮੈਨੂੰ ਇਸ ਤਰ੍ਹਾਂ ਇਸ ਬਾਕਸ ਵਿੱਚ ਹੋਈ ਹੈ ਜੋ ਕਿ ਇਸ ਤਰ੍ਹਾਂ ਗੱਤੇ ਦਾ ਬਾਕਸ ਬਣਿਆ ਹੋਇਆ ਹੈ ਜੋ ਕਿ ਕਾਫੀ ਮਜ਼ਬੂਤ ਹੈ। ਇਸ ਨੂੰ ਚਾਰੇ ਸਾਈਡਾਂ ਤੋਂ ਇਸ ਤਰ੍ਹਾਂ ਟੇਪ ਵਗੈਰਾ ਲਗਾ ਕੇ ਸਿਕਿਉਰ ਕੀਤਾ ਹੋਇਆ ਸੀ ਕਿ ਜਿਸ ਨਾਲ ਕਿ ਆਪਣਾ ਜੋ ਆਈਸ਼ੈਡੋ ਪੈਲਟ ਹੈ ਉਹ ਕਿਸੇ ਵੀ ਤਰ੍ਹਾਂ ਡੈਮੇਜ ਨਾ ਹੋਵੇ। ਬਾਕਸ ਦੇ ਪਿੱਛੇ ਡਿਲੀਵਰੀ ਵਗੈਰਾ ਦੀ ਇਨਫੋਰਮੇਸ਼ਨ ਮੈਂਸ਼ਨ ਹੈ ਅਤੇ ਇਸ ਦੇ ਉੱਪਰ ਲਿਖਿਆ ਹੈ 12 ਗਲਿਟਰ ਆਈਸ਼ੈਡੋ ਪੈਕ ਗਲਿਟਰ ਸ਼ਿਮਰੀ ਆਈਸ਼ੈਡੋ। ਹੁਣ ਮੈਂ ਤੁਹਾਨੂੰ ਇਹ ਓਪਨ ਕਰਕੇ ਦਿਖਾਉਣੀ ਆ ਕਿ ਇਸ ਦੇ ਵਿੱਚੋਂ ਜਿਹੜੇ ਗਲਿਟਰ ਆਈਸ਼ੈਡੋ ਪੈਲਟ ਕਿਸ ਤਰ੍ਹਾਂ ਦਾ ਹੈ। ਇਸ ਨੂੰ ਓਪਨ ਕਰਨ ਤੇ ਇਸ ਦੇ ਵਿੱਚੋਂ ਆਪਾਂ ਨੂੰ ਇਹ ਵਾਲੀ ਪੈਲਟ ਸੇਮ ਹੁੰਦੀ ਹੈ ਇਸ ਤਰ੍ਹਾਂ ਗਲਿਟਰ ਆਈਸ਼ੈਡੋ ਪੈਲਟ ਦੇਖ ਸਕਦੇ ਹਾਂ ਦੋਨੋਂ ਸਾਈਡਾਂ ਤੋਂ। ਸਭ ਤੋਂ ਪਹਿਲਾਂ ਆਪਾਂ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਪਲਾਸਟਿਕ ਦਾ ਰੈਪਰ ਹੈ। ਇਸ ਨੂੰ ਓਪਨ ਕਰਨ ਤੇ ਆਪਾਂ ਦੇਖਾਂਗੇ ਕਿ ਇਸ ਦੇ ਵਿੱਚ ਇਸ ਤਰ੍ਹਾਂ ਦੀ ਆਈਸ਼ੈਡੋ ਪੈਲਟ ਹੈ। ਇੱਕ ਗਲਿਟਰ ਆਈਸ਼ੈਡੋ ਪੈਲਟ ਆਪਾਂ ਨੂੰ 150 ਰੁਪਏ ਵਿੱਚ ਮਿਲੇਗਾ। ਅਗਰ ਆਪਾਂ 1 ਪੀਸ ਗਲਿਟਰ ਸ਼ੇਡ ਇਸ ਤਰ੍ਹਾਂ ਲੈਣ ਜਾਈਏ ਤਾਂ ਆਪਾਂ ਨੂੰ 100 ਰੁਪਏ ਵਿੱਚ ਪੈ ਜਾਂਦਾ ਹੈ। ਸੋ ਉਸ ਦੇ ਸਾਰੇ 12 ਕਲਰ 150 ਦੇ ਵਿੱਚ ਬਹੁਤ ਹੀ ਵਧੀਆ ਆਫਰ ਹੈ। ਜੇ ਆਪਾਂ ਕਲਰਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਪਾਂ ਨੂੰ 12 ਕਲਰ ਮਿਲਦੇ ਹਨ। ਆਪਾਂ ਦੇਖ ਸਕਦੇ ਹਾਂ ਰੈੱਡ, ਸਕਾਈ ਬਲੂ, ਬਲੈਕ, ਪਰਪਲ, ਵਾਈਟ, ਬਲੂ, ਔਰੇਂਜ, ਗ੍ਰੀਨ, ਸਾਰੇ ਸ਼ੇਡਸ ਦੇ ਵਿੱਚ ਹਨ। ਪੂਰੇ 12 ਪੀਸ ਹਨ। ਜੋ ਇਹ 12 ਬਾਕਸ ਹਨ ਉਹ ਇਸ ਤਰ੍ਹਾਂ ਹਨ ਦੋਨੋਂ ਸਾਈਡਾਂ ਤੋਂ। ਬਾਕਸ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣੀ ਹਾਂ ਕਿ ਇਸ ਦੇ ਉੱਪਰ ਇਹ ਵਾਲਾ ਇੱਕ ਢੱਕਣ ਹੈ ਅਤੇ ਇਸ ਦੇ ਵਿੱਚ ਇੱਕ ਹੋਰ ਢੱਕਣ ਸਿਕਿਉਰ ਕਰਨ ਦੇ ਲਈ ਇਸ ਨੂੰ ਲਗਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਆਪਾਂ ਓਪਨ ਕਰਕੇ ਇਸ ਦੇ ਵਿੱਚ ਇੱਕ ਗਲਿਟਰ ਆਈਸ਼ੈਡੋ ਹਨ। ਜੇ ਆਪਾਂ ਕੁਆਂਟਿਟੀ ਦੀ ਗੱਲ ਕਰੀਏ ਕਿ ਇਹਨਾਂ ਬਾਕਸਾਂ ਦੇ ਵਿੱਚ ਗਲਿਟਰ ਆਈਸ਼ੈਡੋ ਕਿੰਨਾ ਹੈ ਤਾਂ ਆਪਾਂ ਦੇਖ ਸਕਦੇ ਹਾਂ ਕਿ ਇਹ ਹਾਫ ਤੋਂ ਕਾਫੀ ਜ਼ਿਆਦਾ ਉੱਪਰ ਹੈ, ਪੂਰੇ ਫੁੱਲ ਨਹੀਂ ਹਨ, ਪਰ ਫਿਰ ਵੀ ਕਾਫੀ ਜ਼ਿਆਦਾ ਬਾਕਸ ਦੇ ਵਿੱਚ ਗਲਿਟਰ ਆਪਾਂ ਨੂੰ ਮਿਲ ਜਾਂਦਾ ਹੈ। ਸਾਰੇ ਬਾਕਸਾਂ ਦੇ ਵਿੱਚ ਸੇਮ ਕੁਆਂਟਿਟੀ ਹੈ ਇਸ ਗਲਿਟਰ ਦੀ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਗਲਿਟਰ ਮੈਟ ਵਿੱਚ ਨਹੀਂ ਹਨ, ਇਹ ਡਰਾਈ ਹਨ। ਆਪਾਂ ਦੇਖ ਸਕਦੇ ਹਾਂ ਕਿ ਇਹ ਗਲਿਟਰ ਇਸ ਤਰ੍ਹਾਂ ਡਰਾਈ ਹਨ ਜੋ ਕਿ ਇੱਕ ਤਰ੍ਹਾਂ ਨਾਲ ਝੜਦੇ ਹਨ। ਇਸ ਗਲਿਟਰ ਨੂੰ ਆਪਣੀ ਆਈ ਤੇ ਅਪਲਾਈ ਕਰਨ ਸਮੇਂ ਆਪਾਂ ਨੂੰ ਬਹੁਤ ਧਿਆਨ ਰੱਖਣਾ ਪਵੇਗਾ ਕਿ ਜਿਸ ਨਾਲ ਆਪਣਾ ਮੇਕਅਪ ਖਰਾਬ ਨਹੀਂ ਹੋਵੇਗਾ। ਸੋ ਇਸ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੀ ਅੱਖਾਂ ਦੇ ਨੀਚੇ ਥੋੜਾ ਜਿਆਦਾ ਕੁਆਂਟਿਟੀ ਵਿੱਚ ਪਾਊਡਰ ਅਪਲਾਈ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਜਦ ਆਪਣੇ ਆਪਾਂ ਆਈ ਤੇ ਇਸ ਗਲਿਟਰ ਨੂੰ ਅਪਲਾਈ ਕਰਾਂਗੇ ਤਾਂ ਜੋ ਵੀ ਇਹ ਗਲਿਟਰ ਆਪਣੇ ਫੇਸ ਤੇ ਗਿਰੇਗਾ ਤਾਂ ਆਪਾਂ ਬ੍ਰਸ਼ ਦੇ ਨਾਲ ਉਸ ਨੂੰ ਹਟਾ ਸਕਾਂਗੇ। ਇਸ ਗਲਿਟਰ ਆਈਸ਼ੈਡੋ ਨੂੰ ਆਪਾਂ ਡਾਇਰੈਕਟ ਆਪਣੀ ਆਈ ਤੇ ਨਾ ਅਪਲਾਈ ਕਰੀਏ। ਇਸ ਨੂੰ ਅਪਲਾਈ ਕਰਨ ਤੋਂ ਪਹਿਲਾਂ ਕੋਈ ਵੀ ਆਪਾਂ ਬੇਸ ਕਲਰ ਆਪਣੀ ਆਈ ਤੇ ਪਹਿਲਾਂ ਅਪਲਾਈ ਕਰਾਂਗੇ ਜਿਸ ਤਰ੍ਹਾਂ ਮੈਂ ਇਹ ਆਈਸ਼ੈਡੋ ਪਹਿਲਾਂ ਅਪਲਾਈ ਕੀਤਾ ਹੋਇਆ ਹੈ ਤੇ ਉਸ ਤੋਂ ਬਾਅਦ ਆਪਾਂ ਇਸ ਗਲਿਟਰ ਸ਼ੇਡ ਨੂੰ ਆਪਣੀ ਆਈ ਤੇ ਅਪਲਾਈ ਕਰਾਂਗੇ ਤਾਂ ਇਸ ਨਾਲ ਇਸਦੀ ਕਵਰੇਜ ਬਹੁਤ ਵਧੀਆ ਹੋਵੇਗੀ। ਗਲਿਟਰ ਆਈਸ਼ੈਡੋ ਦੀ ਸ਼ਾਈਨਿੰਗ ਕਿਸ ਤਰ੍ਹਾਂ ਦੀ ਹੈ ਮੈਂ ਤੁਹਾਨੂੰ ਅਪਲਾਈ ਕਰਕੇ ਦਿਖਾਉਂਦੀ ਹਾਂ। ਇਸ ਨੂੰ ਫਿੰਗਰ ਤੇ ਇਸ ਤਰ੍ਹਾਂ ਲੈ ਕੇ ਦੇਖਾਂਗੇ ਕਿ ਇਹਦੀ ਸ਼ਾਈਨਿੰਗ ਕਿਸ ਤਰ੍ਹਾਂ ਦੀ ਹੈ। ਕਾਫੀ ਸ਼ਾਈਨ ਕਰ ਰਿਹਾ ਹੈ, ਗ੍ਰੀਨ ਕਲਰ ਦੇਖਾਂਗੇ ਇਸ ਤਰ੍ਹਾਂ ਦੀ ਸ਼ਾਈਨਿੰਗ ਹੈ ਇਹਨਾਂ ਦੀ। ਸੋ ਇਹਨਾਂ ਗਲਿਟਰ ਆਈਸ਼ੈਡੋ ਦੀ ਸ਼ਾਈਨਿੰਗ ਕਾਫੀ ਵਧੀਆ ਹੈ ਤੇ ਆਪਾਂ ਆਪਣੀ ਡਰੈਸ ਦੇ ਅਨੁਸਾਰ ਕੋਈ ਵੀ ਕਲਰ ਅਪਲਾਈ ਕਰ ਸਕਦੇ ਹਾਂ। ਆਪਣੀ ਆਈ ਤੇ ਮੈਂ ਤੁਹਾਨੂੰ ਅਪਲਾਈ ਕਰਕੇ ਦਿਖਾਉਂਦੀ ਹਾਂ ਕਿ ਆਈਸ਼ੈਡੋ ਤੇ ਕਿਸ ਤਰ੍ਹਾਂ ਦੀ ਸ਼ਾਈਨਿੰਗ ਦੇਵੇਗਾ। ਇਸ ਤਰ੍ਹਾਂ ਹੀ ਉਂਗਲ ਤੇ ਲੈ ਕੇ ਆਪਾਂ ਇਸ ਤਰ੍ਹਾਂ ਇਸ ਨੂੰ ਅਪਲਾਈ ਕਰ ਲਵਾਂਗੇ।
इस तरह हल्का हल्का टैप टैप करके आप उंगल नाल ही इस ग्लिटर नूं लगा लवांगे। सो इन्हां दी शाइनिंग काफ़ी वधिया है। सो कह सकते हाँ कि 12 कलर ग्लिटर आई शैडो पैलेट काफ़ी वधिया है, इस प्राइस दे विच काफ़ी वधिया है प्राइस दे अनुसार। पर इसनों वरतन लगे आपां नूं सावधानी नाल वरतना है, जिस नाल कि अपना मेकअप खराब ना हो। सो ये आई शैडो पैलेट मैनूं तां काफ़ी वधिया लग रही है, तो इसनों मैं अपने मेकअप दे विच वरत रही हाँ। अगर तुसीं खरीदना चाहुंदे हो तां खरीद सकदे हो, इसका लिंक मैं शेयर कर देवांगी। हाँ जी, वीडियो हेल्पफुल लगी हो लाइक एंड शेयर करो। थैंक यू, बाय बाय।